ਭਗਤ ਜੀ ਤੁਹਾਡਾ ਸਾਡੇ ਚੈਨਲ ਜੰਗ ਬਾਏ ਪ੍ਰੋਡਕਸ਼ਨ ਦੀ ਇੱਕ ਹੋਰ ਵੀਡੀਓ ਵਿੱਚ ਅੱਜ ਆਪਾਂ ਗੱਲ ਕਰਾਂਗੇ ਸਿੱਪੀ ਗਿੱਲ ਅਤੇ ਲਵ ਹੀਰੇ ਦੀ। ਤੁਹਾਨੂੰ ਦੱਸ ਦਈਏ ਕਿ ਸਿੱਪੀ ਗਿੱਲ ਅਤੇ ਲਵ ਹੀਰੇ ਦਾ ਇੱਕ ਨਵਾਂ ਗਾਣਾ ਆ ਰਿਹਾ ਹੈ ਜਿਸ ਦਾ ਨਾਮ ਹੈ ਤਿੱਤਰ ਫੰਗੀਆ। ਇਸ ਗਾਣੇ ਬਾਰੇ ਗੱਲ ਕਰਨ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਸਿੱਪੀ ਗਿੱਲ ਦੀ। ਤੁਹਾਨੂੰ ਦੱਸ ਦਈਏ ਕਿ ਸਿੱਪੀ ਗਿੱਲ ਇੱਕ ਬਹੁਤ ਵਧੀਆ ਰਾਈਟਰ ਵੀ ਹੈ। ਤੁਹਾਨੂੰ ਦੱਸ ਦਈਏ ਕਿ ਸਿੱਪੀ ਗਿੱਲ ਇੱਕ ਪੰਜਾਬੀ ਸਿੰਗਰ ਐਕਟਰ ਵੀ ਹੈ। ਤੁਹਾਨੂੰ ਪਤਾ ਹੈ ਕਿ ਸਿੱਪੀ ਗਿੱਲ ਦੇ ਗਾਣੇ ਦੇ ਵਿੱਚੋਂ ਬੱਬੂ ਮਾਨ ਦੀ ਝਲਕ ਪੈਂਦੀ ਹੈ। ਉਹਨਾਂ ਦਾ ਸਟਾਈਲ ਜੋ ਹੈ ਉਹ ਸਭ ਤੋਂ ਵੱਖਰਾ ਹੈ, ਉਹ ਆਪਣੇ ਸਟਾਈਲ ਵਿੱਚ ਹੀ ਰਹਿੰਦਾ ਹੈ। ਆਪਾਂ ਗੱਲ ਕਰਦੇ ਹਾਂ ਸਿੱਪੀ ਗਿੱਲ ਦੇ ਮਿਊਜ਼ਿਕ ਕਰੀਅਰ ਦੀ, ਉਹਨਾਂ ਦੀ ਫੈਮਿਲੀ ਦੀ ਅਤੇ ਉਹਨਾਂ ਦੇ ਸ਼ੌਂਕਾਂ ਦੀ। ਸਿੱਪੀ ਗਿੱਲ ਦਾ ਜਨਮ 21 ਮਈ 1982 ਨੂੰ ਪਿੰਡ ਰੌਲੀ ਜ਼ਿਲ੍ਹਾ ਮੋਗਾ ਵਿੱਚ ਹੋਇਆ। ਸਿੱਪੀ ਗਿੱਲ ਨੂੰ ਉਹਦੇ ਘਰ ਦੇ ਉਹਨੂੰ ਟਾਈਗਰ ਨਾਮ ਤੋਂ ਬੁਲਾਉਂਦੇ ਹਨ। ਸਿੱਪੀ ਗਿੱਲ ਨੇ ਆਪਣੀ ਸਕੂਲਿੰਗ ਅਤੇ ਕਾਲਜ ਦੀ ਪੜ੍ਹਾਈ ਮੋਗਾ ਵਿੱਚ ਹੀ ਕੀਤੀ। ਆਪਾਂ ਗੱਲ ਕਰਦੇ ਹਾਂ ਸਿੱਪੀ ਗਿੱਲ ਦੇ ਮਿਊਜ਼ਿਕ ਕਰੀਅਰ ਦੀ। ਵੈਸੇ ਤਾਂ ਸਿੱਪੀ ਗਿੱਲ ਨੂੰ ਬਚਪਨ ਤੋਂ ਹੀ ਮਿਊਜ਼ਿਕ ਦਾ ਸ਼ੌਂਕ ਸੀ, ਉਹਨਾਂ ਨੂੰ ਆਪਣਾ ਹੀ ਲਿਖ ਕੇ ਗਾਉਣਾ ਬਹੁਤ ਪਸੰਦ ਸੀ। ਸ਼ੁਰੂਆਤ ਸਿੱਪੀ ਗਿੱਲ ਨੇ ਸਕੂਲ ਜਾਂ ਕਾਲਜ ਦੇ ਪ੍ਰੋਗਰਾਮਾਂ ਤੋਂ ਕੀਤੀ। ਜੋ ਵੀ ਸਕੂਲ ਜਾਂ ਕਾਲਜ ਵਿੱਚ ਫੰਕਸ਼ਨ ਹੁੰਦੇ ਸਿੱਪੀ ਗਿੱਲ ਉਸ ਦੇ ਵਿੱਚ ਪਾਰਟੀਸਪੇਟ ਜ਼ਰੂਰ ਕਰਦਾ ਸੀ। ਸਿੱਪੀ ਗਿੱਲ ਨੇ ਮਿਊਜ਼ਿਕ ਉਸਤਾਦ ਸੁਰਿੰਦਰ ਧੀਰ ਤੋਂ ਸਿੱਖਿਆ। ਤੁਹਾਨੂੰ ਦੱਸ ਦਈਏ ਕਿ ਸਿੱਪੀ ਗਿੱਲ ਨੇ ਆਪਣਾ ਪਹਿਲਾ ਅਖਾੜਾ ਹੁਸ਼ਿਆਰਪੁਰ ਦੇ ਨੇੜੇ ਇੱਕ ਪਿੰਡ ਵਿੱਚ ਲਾਇਆ ਸੀ। ਖਾਸ ਗੱਲ ਹੈ ਇਹ ਹੈ ਕਿ ਸਿੱਪੀ ਗਿੱਲ ਨੂੰ ਉਦੋਂ ਉਸ ਅਖਾੜੇ ਦਾ 1200 ਰੁਪਇਆ ਮਿਲਿਆ ਸੀ। ਸਿੱਪੀ ਗਿੱਲ ਦੀ ਪਹਿਲੀ ਕੈਸਟ 2007 ਵਿੱਚ ਆਈ ਸੀ ਜਿਸ ਦਾ ਨਾਮ ਸੀ ਝੁਮਕਾ। ਸਿੱਪੀ ਗਿੱਲ ਦੀ ਇਸ ਰਿਲੀਜ਼ ਕਰਾਉਣ ਨੂੰ ਦੇਬੀ ਮੈਕਸਪੂਸਪੁਰੀਏ ਦਾ ਬਹੁਤ ਵੱਡਾ ਹੱਕ ਹੈ, ਜਿਸ ਨੂੰ ਸਿੱਪੀ ਗਿੱਲ ਆਪਣਾ ਮਾਮਾ ਕਹਿ ਕੇ ਬੁਲਾਉਂਦਾ ਹੈ। ਇਸ ਐਲਬਮ ਵਿੱਚ ਦੇਬੀ ਮੈਕਸੂਸਪੁਰੀਏ ਦਾ ਇੱਕ ਲਿਖਿਆ ਗਾਣਾ ਵੀ ਸੀ ਜਿਸ ਦਾ ਨਾਂ ਸੀ ਕਿ ਛੱਡਤਾ ਸੀ ਤੈਨੂੰ ਯਾਦ ਕਰਨਾ। ਇਹ ਗੀਤ ਕਾਫੀ ਹਿੱਟ ਹੋਇਆ ਸੀ ਉਸ ਸਮਿਆਂ ਵਿੱਚ। ਹੁਣ ਆਪਾਂ ਗੱਲ ਕਰਦੇ ਹਾਂ ਸਿੱਪੀ ਗਿੱਲ ਦੀ ਦੂਜੀ ਐਲਬਮ ਦੀ ਜਿਸ ਦਾ ਨਾਮ ਸੀ ਬੈਚਲਰ, ਜਿਸ ਨੇ ਸਿੱਪੀ ਗਿੱਲ ਦਾ ਨਾਮ ਬਣਾਇਆ ਅਤੇ ਲੋਕਾਂ ਵਿੱਚ ਉਸਦੀ ਇੱਕ ਵੱਖਰੀ ਪਛਾਣ ਬਣਾ ਦਿੱਤੀ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਿੱਪੀ ਗਿੱਲ ਦੇ ਇਸ ਐਲਬਮ ਦੇ ਸਾਰੇ ਹੀ ਗੀਤ ਸੁਪਰ ਹਿੱਟ ਹੋਏ ਸਨ, ਜਿਵੇਂ ਪੱਟ ਤੇ ਜੱਟਾਂ ਦੇ ਪੁੱਤ, ਚੰਡੀਗੜ੍ਹ ਸ਼ਹਿਰ ਨੇ, ਚੜ੍ਹ ਗਈ ਜਵਾਨੀ, ਹੋਰ ਇੱਦਾਂ ਦੇ ਕਈ ਗੀਤ ਸੀ। ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਸਿੱਪੀ ਗਿੱਲ ਨੇ ਜਿੰਨੇ ਵੀ ਸਿੰਗਲ ਟਰੈਕ ਕੀਤੇ ਹਨ ਉਹ ਸਾਰੇ ਹੀ ਸੁਪਰ ਹਿੱਟ ਹੋਏ ਹਨ। ਤੁਹਾਨੂੰ ਦੱਸ ਦਈਏ ਕਿ ਸਿੱਪੀ ਗਿੱਲ ਇੱਕ ਇੱਦਾਂ ਦਾ ਆਰਟਿਸਟ ਹੈ ਬੱਬੂ ਮਾਨ ਤੋਂ ਬਾਅਦ ਜਿਸ ਦੇ ਕਿ ਸਾਰੇ ਹੀ ਸਿੰਗਲ ਟਰੈਕ ਹਿੱਟ ਹੋਏ ਹਨ। 10 ਮਿੰਟ, ਰੈੱਡ ਲੀਫ, ਤੇਰੇ ਬਿਨ ਯਾਦ, ਡੋਂਟ ਪਾਰਕ ਅਤੇ ਹੋਰ ਜਿੰਨੇ ਵੀ ਗੀਤ ਆਏ। ਤੁਹਾਨੂੰ ਦੱਸ ਦਈਏ ਕਿ ਹੁਣ ਸਿੱਪੀ ਗਿੱਲ ਕਈ ਸਾਲਾਂ ਬਾਅਦ, ਲਗਭਗ 10 ਸਾਲਾਂ ਬਾਅਦ ਇੱਕ ਐਲਬਮ ਕਰਨ ਜਾ ਰਿਹਾ ਹੈ ਜਿਸ ਦਾ ਇੱਕ ਗਾਣਾ ਲਵ ਹੀਰਾ ਦੇ ਨਾਲ ਹੈ, ਜਿਸ ਦੀ ਕਿ ਲੋਕਾਂ ਵੱਲੋਂ ਕਾਫੀ ਵੇਟ ਹੈ। ਜਿਸ ਗਾਣੇ ਨੂੰ ਲਿਖਿਆ ਅਤੇ ਗਾਇਆ ਸਿੱਪੀ ਗਿੱਲ ਨੇ ਹੈ ਅਤੇ ਨਾਲ ਸਹਿਯੋਗ ਦਿੱਤਾ ਹੈ ਲਵ ਹੀਰਾ ਨੇ। ਇਸ ਗਾਣੇ ਦੀ ਦਰਸ਼ਕਾਂ ਵੱਲੋਂ ਬਹੁਤ ਜ਼ਿਆਦਾ ਵੇਟ ਕੀਤੀ ਜਾ ਰਹੀ ਹੈ। ਇੱਦਾਂ ਦੀ ਹੋਰ ਅਪਡੇਟ ਲਈ ਸਾਡੇ ਚੈਨਲ ਨੂੰ ਕਰਿਓ ਜੀ ਸਬਸਕ੍ਰਾਈਬ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਧੰਨਵਾਦ ਜੀ। ਬੈੱਲ ਆਈਕਨ ਨੂੰ ਜ਼ਰੂਰ ਦਬਾ ਲਿਓ।